ਬਜਿੰਦਰ ਸਿੰਗਲਾ ਜੀ ਵੱਲੋਂ 61 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਸੀ ਕਿ ਇੱਥੇ ਇੱਕ ਬਾਥਰੂਮ ਤੱਕ ਨਹੀਂ ਹੈਗਾ ਜੀ। ਇੱਕ ਸਾਡੇ ਪੰਜਾਬ ਦੀਆਂ ਗਲੀਆਂ ਨਾਲੀਆਂ ਨਹੀਂ ਪੱਕੀਆਂ ਹੋਈਆਂ 72 ਸਾਲਾਂ ਦੇ ਵਿੱਚ, ਇਹ ਹੋਰ ਸਾਡੇ ਨਾਲ ਕਰਨਗੇ ਕੀ? ਸਾਡੇ ਕਿਸਾਨ ਭਾਈ ਤੇ ਇੱਕ ਆਮ ਆਦਮੀ ਦੋਨੋਂ ਜਦੋਂ ਇਕੱਠੇ ਹੋਣਗੇ ਨਾ, ਤਾਂ ਮੈਂ ਗਰੰਟੀ ਲੈਣਾਗਾ ਇਹ ਜਿਹੜੀਆਂ ਇਹਨਾਂ ਨੇ 72 ਸਾਲਾਂ ਦੇ ਵਿੱਚ ਸਾਡੇ ਨਾਲ ਸਾਡੇ ਪਰਿਵਾਰਾਂ ਦੇ ਤੇ ਤਸੱਦੇ ਢਾਇਆ ਨਾ, ਇਹਨਾਂ ਨੂੰ ਇਹ 72 ਸਾਲਾਂ ਦਾ ਹਮਿਆਜਾ ਸਿਰਫ 5 ਸਾਲਾਂ ਦੇ ਵਿੱਚ ਪਤਾ ਲੱਗੂਗਾ। हाँ साड़ी तकड़ी जीतूगी जी। हाँ असी शहर बहुत कुछ किया है, बहुत कुछ करांगे। स्वागत है तुहाडा, तुसी देख रहे हो मालवा एमबी टीवी ਤੇ। मैं गुरविंदर सिंह रोमी तुहानू लेके आया ਭਵਾਨੀਗੜ੍ਹ ਦੀ ਆਰਾ ਮਾਰਕੀਟ ਦੇ ਵਿੱਚ ਖੜੇ ਆ ਸੀ। ਆਪਾਂ ਜਾਣਦੇ ਆ ਆਮ ਜਨਤਾ ਕੀ ਸੋਚਦੀ ਹੈ। ਪੰਜਾਬ ਦੇ ਵਿੱਚ ਚੋਣਾਵੀ ਮਾਹੌਲ ਹੈ ਜੋ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਵੱਖ ਵੱਖ ਪਾਰਟੀਆਂ ਗਰਾਊਂਡ ਦੇ ਵਿੱਚ ਨੇ, ਵੱਖ ਵੱਖ ਵਾਅਦੇ ਕੀਤੇ ਜਾ ਰਹੇ ਨੇ। ਪਿਛਲੀ ਕਾਂਗਰਸ ਸਰਕਾਰ ਤੋਂ ਕਿੰਨਾ ਕੁ ਸੰਤੁਸ਼ਟ ਨੇ ਲੋਕ, ਆਮ ਵੋਟਰਾਂ ਦਾ, ਆਮ ਦੁਕਾਨਦਾਰਾਂ ਦਾ ਕੀ ਸੋਚਣਾ ਹੈ? ਦੁਕਾਨਦਾਰ, ਕਿਉਂਕਿ ਅੱਜ ਸੰਡੇ ਹੈ, ਧੁੱਪ ਸੇਕ ਰਹੇ ਨੇ, ਆਮ ਦੁਕਾਨਦਾਰ ਧੁੱਪੇ ਬੈਠੇ ਨੇ। ਸੋ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਵੀਰ ਜੀ ਤੁਹਾਡਾ ਨਾਮ? ਮੇਰਾ ਨਾਮ ਬਲਵਿੰਦਰ ਸਿੰਘ, ਪਿੰਡ ਮਾਝਾ ਜੀ। ਮਾਝਾ ਸਾਹਿਬ, ਸਾਰੀਆਂ ਸਿਆਸੀ ਪਾਰਟੀਆਂ ਨੇ ਜਿਹੜੀਆਂ ਚੋਣ ਮੈਦਾਨ ਦੇ ਵਿੱਚ ਨੇ, ਸਾਰੀਆਂ ਪਾਰਟੀਆਂ ਵੱਖ ਵੱਖ ਵਾਅਦੇ ਕਰ ਰਹੀਆਂ ਨੇ, ਕਿਵੇਂ ਲੱਗਦਾ ਹੈ ਕਿਹੜੀ ਪਾਰਟੀ ਪੰਜਾਬ ਦਾ ਭਲਾ ਕਰੂਗੀ? ਵੈਸੇ ਜੀ ਹੁਣ ਚੋਣ ਮਖਾੜਾ ਪੂਰਾ ਭਰ ਭਗ ਚੁੱਕੇ, ਸਾਰੀਆਂ ਪਾਰਟੀਆਂ ਆਪੋ ਆਪਦਾ ਪੂਰਾ ਜ਼ੋਰ ਲਾ ਰਹੀਆਂ ਨੇ ਜੀ। ਪਰ ਇੱਥੇ ਜਿਹੜੀ ਲੋਕਾਂ 'ਚ ਤੇ ਦੇਖਣ 'ਚ ਆਈ ਹੈ ਵੀ ਜਿਹੜਾ ਮੇਨ ਮੁਕਾਬਲਾ ਉਹ ਨਰਿੰਦਰ ਕੌਰ ਭਰਾ ਅਤੇ ਵਿਜੇਂਦਰ ਸਿੰਗਲਾ ਦੇ ਵਿਚਕਾਰ ਹੈ ਜੀ। ਅੱਛਾ, ਕਿਵੇਂ ਲੱਗਦਾ ਪਿਛਲੀ ਸਰਕਾਰ ਨੇ ਕੰਮ ਕਾਰ ਕਰੇ ਨੇ? ਸਿੰਗਲਾ ਕਹਿੰਦੇ ਨੇ ਕਿ ਮੈਂ ਵਿਕਾਸ ਕਾਰਜ ਕਰਵਾਏ ਨੇ, ਉਹਦੇ ਆਧਾਰ 'ਤੇ ਵੋਟਾਂ ਮੰਗ ਰਿਹਾ। हाँ जी, वैसे सिंगला साहब ने पिंडा दे विच बहुत ज़्यादा विकास कराया जी, तो भी पुछदे हैं जी, हरेक कहिंदे ने भी बहुत कम किया जी संगरूर दे विच, जे विकास किया तो विजेंद्र सिंगला ने किया जी जी। अच्छा, जे विकास किया फिर उहदा हक भी बनता वोटां दा? हाँ जी, जिहड़े हिसाब नाल विकास दीआं गल्लां होईआं ने ते देखिआ भी गिआ, उहदे हिसाब नाल सिंगला दा वोटां दा हक जरूर बनदा जी जी। अच्छा, कहिड़ी पार्टी लगदी है कि उह जित प्राप्त करदी है? ਜੇ ਦੇਖਣ 'ਚ ਆਇਆ ਤੇ ਇੱਥੇ ਭਰਾ ਜੀ ਅਤੇ ਸਿੰਗਲੇ ਦੇ ਵਿਚਕਾਰ ਮੁਕਾਬਲਾ, ਸਿੰਗਲੇ ਦੀ ਇਸ ਵਕਤ ਬੜਤ ਲੱਗਦੀ ਹੈ ਜੀ। ਮਾਝਾ ਸਾਹਿਬ ਦਾ ਕਹਿਣਾ ਕਿ ਸਿੰਗਲਾ ਸਾਹਿਬ ਅਤੇ ਬੀਬੀ ਬਰਾਜ 'ਚ ਟੱਕਰ ਹੈ, ਆਪਾਂ ਗੱਲਬਾਤ ਕਰਦੇ ਹਾਂ। ਵੀਰ ਜੀ ਤੁਹਾਨੂੰ ਕੀ ਲੱਗਦਾ? ਸਿੰਗਲਾ ਸਾਹਿਬ ਅਤੇ ਭਰਾ 'ਚ ਹੀ ਟੱਕਰ ਆ ਜੀ, ਪਰ ਭਰਾ ਦਾ ਪੱਲਾ ਭਾਰੀ ਲੱਗਦਾ ਜੀ। ਅੱਛਾ, ਕਿਵੇਂ ਸਰਕਾਰ ਨੇ ਜਿਹੜੇ ਕੰਮ ਕੀਤੇ ਨੇ ਕਾਂਗਰਸ ਸਰਕਾਰ ਨੇ, ਉਹ ਤੋਂ ਸੰਤੁਸ਼ਟ ਹੋ? ਕੰਮ ਤਾਂ ਕੀਤੇ ਨੇ ਜੀ, ਪਰ ਕਰਪਸ਼ਨ ਵੀ ਬਹੁਤ ਹੋਈ ਆ ਜੀ। ਪਰ ਉਸ ਹਿਸਾਬ ਨਾਲ ਇਸ ਵਾਰ ਲੱਗਦਾ ਵੀ ਝਾੜੂ ਦਾ ਜੋੜ ਜ਼ਿਆਦਾ ਚੱਲੂਗਾ ਜੀ। ਅੱਛਾ, ਭਾਰਤੀ ਜਨਤਾ ਪਾਰਟੀ ਵੱਲੋਂ ਅਰਵਿੰਦ ਖੰਨਾ ਚੋਣ ਮੈਦਾਨ ਦੇ ਵਿੱਚ ਨੇ ਅਤੇ ਕਿਸਾਨ ਜੋ ਕਿਸਾਨਾਂ ਦੀ ਪਾਰਟੀ ਆ ਉਹਨਾਂ ਵੱਲੋਂ ਮਿੱਟੂ ਧੁਰ ਵੀ ਚੋਣ ਮੈਦਾਨ ਦੇ ਵਿੱਚ ਨੇ, ਕਿਵੇਂ ਲੱਗਦਾ ਉਹਨਾਂ ਦਾ? ਨਹੀਂ, ਉਹਨਾਂ ਦਾ ਵੀ ਵਧੀਆ ਜੀ, ਉਹ ਥੋੜ੍ਹਾ ਲੇਟ ਆਏ ਨੇ, ਪਰ ਠੀਕ ਆ, ਉਹਨਾਂ ਦਾ ਵਧੀਆ ਵਧਾਰ ਉਹਨਾਂ ਦਾ ਵੀ ਜੀ। ਸੋ ਨਵੇਂ ਨੌਜਵਾਨ ਸਾਡੇ ਨਾਲ ਮੌਜੂਦ ਨੇ, ਇਹ ਨੌਜਵਾਨ ਮੈਂ ਤੁਹਾਨੂੰ ਜਾਣਕਾਰੀ ਦੇ ਦਾਂ ਕਿ ਸਮੇਂ ਸਮੇਂ ਤੇ ਲੋਕ ਭਲਾਈ ਦੇ ਕੰਮ ਵੀ ਕਰਦੇ ਰਹਿੰਦੇ ਨੇ। ਤੁਹਾਨੂੰ ਕਿਵੇਂ ਲੱਗਦਾ ਸਾਰੀਆਂ ਸਿਆਸੀ ਪਾਰਟੀਆਂ ਗਰਾਊਂਡ ਦੇ ਵਿੱਚ ਨੇ, ਕਿਵੇਂ ਲੱਗਦਾ ਵੀ ਕਿਹੜੀ ਪਾਰਟੀ ਆਉਣ ਵਾਲੇ ਸਮੇਂ 'ਚ ਪੰਜਾਬ ਦਾ ਭਲਾ ਕਰੂਗੀ? ਦੇਖੋ ਜੀ, ਪਾਰਟੀਆਂ ਤਾਂ ਸਾਰੀ ਵਧੀਆ ਨੇ ਜੀ ਜੀ, ਅਤੇ ਭਲਾ ਦਾ ਦੇਖੋ ਜੀ, ਸਿੰਗਲਾ ਸਾਹਿਬ ਹੁਣ ਵਿਕਾਸ ਕਰ ਰਹੇ ਨੇ, ਉਹਨਾਂ ਨੇ ਸੜਕਾਂ ਦਾ BGI ਲੈ ਕੇ ਆਏ ਨੇ ਜੀ, ਅਤੇ ਇਹ ਵਿਕਾਸ ਹੈ ਜੀ ਜੀ। ਤੇ ਸਾਨੂੰ ਲੱਗਦਾ ਵੀ ਸਿੰਗਲਾ ਸਾਹਿਬ ਪਹਿਲੇ ਵੀ ਜਿੱਤਣਗੇ ਜੀ, ਜਿੱਤਣਗੇ। ਹਾਂਜੀ ਹਾਂਜੀ। ਸੋ ਨੌਜਵਾਨਾਂ ਦਾ ਮੰਨਣਾ ਕਿ ਸਿੰਗਲਾ ਸਾਹਿਬ ਜਿੱਤਣਗੇ, ਸ਼ਰਮਾ ਜੀ ਕਿਵੇਂ ਲੱਗਦਾ? ਦੇਖੋ ਜੀ, ਸਾਡੇ ਹਿਸਾਬ ਨਾਲ ਤਾਂ ਕਾਂਗਰਸ ਦਾ ਜ਼ਿਆਦਾ ਪੱਲੜਾ ਭਾਰੀ ਹੈ ਜੀ, ਕਾਂਗਰਸ ਦੇ ਜਿੱਤਣ ਦੇ ਚਾਂਸ ਪੂਰੇ ਨੇ ਜੀ। ਅੱਛਾ, ਇੱਕ ਜੀ ਇੱਕ ਆਵਾਜ਼ ਹੋਰ ਆ ਰਹੀ ਹੈ ਕਿ ਖੰਨਾ ਸਾਹਿਬ ਦੇ ਆਉਣ ਨਾਲ ਸ਼ਹਿਰੀ ਜਿਹੜੀ ਵੋਟ ਹੈ ਉਹ ਵੱਧ ਜੂਗੀ, ਉਹਦੇ ਲਈ ਕਿਵੇਂ ਸੋਚਦੇ? ਨਹੀਂ ਜੀ ਨਹੀਂ, BJP ਇਸ ਟਾਈਮ ਨੈਗੇਟਿਵ ਉਹ 'ਤੇ ਲੱਗ ਰਹੀ ਹੈ, ਵੈਸੇ ਕੋਈ ਉਹ ਨਹੀਂ ਇਸ ਤਰ੍ਹਾਂ ਦਾ ਹੈ ਜੀ। ਕਾਂਗਰਸ ਤੇ ਮਤਲਬ ਕਿ ਝਾੜੂ ਵਾਲਿਆਂ ਦੀ ਟੱਕਰ ਹੈ ਜੀ, ਉਹਨਾਂ ਦਾ ਕੋਈ ਇਸ ਦੇ ਵਿੱਚ ਰੋਲ ਨਹੀਂ, ਬਾਕੀ ਦੇਖੋ ਜੋ ਪਬਲਿਕ ਦੇ ਬੇਸ ਤੇ ਜੀ। ਸੋ ਨੌਜਵਾਨਾਂ ਦਾ ਕਹਿਣਾ ਕਿ ਕਾਂਗਰਸ ਅਤੇ ਝਾੜੂ ਦੀ ਟੱਕਰ ਹੈ। ਤੁਹਾਨੂੰ ਸ਼ਹਿਰ ਦੇ ਇੱਕ ਹੋਰ ਹਿੱਸੇ 'ਚ ਲੈ ਕੇ ਚੱਲਦੇ ਹਾਂ ਅਤੇ ਸੁਣਾਉਂਦੇ ਹਾਂ ਲੋਕ ਕੀ ਸੋਚਦੇ ਨੇ, ਕੀ ਗੱਲਬਾਤ ਕਰਦੇ ਨੇ ਸਾਡੇ ਨਾਲ। ਤੁਹਾਨੂੰ ਕਿਵੇਂ ਲੱਗਦਾ
मैं तो जी यही कहना चाहना कि विकास तो बहुत किया सिंगला साहब ने, पर जरा शहर का पानी का मसला वो नहीं हल किया उन्होंने। बस साड़ी तो यही है बस जी। हाँ जितन जुतन का अपन कोई भी जितन ना जितन अपन कोई हो नहीं जी। विकास बथेरा किया जी। हाँ विकास बहुत किया पर पानी का जो मसला है वो कहते ज्यों का त्यों बनिया हुआ। भी भाई कहोगे कुछ? हाँ साड़ी तकड़ी जीतूगी जी। हाँ असी शहर च बहुत कुछ किया है, बहुत कुछ करांगे जी, और साड़ी तकड़ी जिता के छड़ांगे। बिल्कुल बीबा जी कहते कि पहला बादल साहब ने बड़ा विकास किया, तकड़ी ही जीतूगी, अलग अलग राय हो सकती ने। कहना चाहोगे कुछ? नहीं जी, कुछ भी नहीं कहना चाहते, क्योंकि सियासी जरा पर है वो शिखर से है। नौजवानों का की सोचना है, बीबिया का की सोचना है? बीबिया जी मिले सी, उन्होंने आख्या कि जदों श्रोमणी अकाली दल की सरकार सी तां बादल साहब ने बहुत कम कराए ने। उन्होंने कहना है कि तकड़ी जीतूगी, नौजवानों नाल गलबात करी है, वक्खो वक्खरियां रावां ने, कोई नौजवान कांग्रेस के कामों तो संतुष्ट नज़र आते हैं। तुहानू शायद एक होर हिस्से च लैके चलते हैं तो सुनते हैं लोगों का की सोचना है, आम पब्लिक आम जनता आम नौजवान की सोचता है, क्योंकि इन्होंने सारा कुछ देखा इत्थे जो भी होया। पहला तो आप जी का मालवा टीवी का इत्थे पहुँचन से थोड़ा सारिया का बहुत बहुत शुक्रिया, तो वाहेगुरू जी का खालसा श्री वाहेगुरू जी की फतेह। मैं एक आम वोटर अज तुहाडे नाल गल करना चाहना गा, मैं इन्हां दियां सारिया दलीलां सुनियां, कोई कुछ बोल रहा कोई कुछ बोल रहा कोई कुछ बोल रहा, पर मैनू नहीं लगता इन्हां दे पल्ले थले कुछ हैगा सीगा। उहदा मेन रीज़न की आ, जिथे तुसीं खड़े होंगे, मैं कैमरा मैन जी नूं पहलां रिक्वेस्ट करूँगा कि एक बारी थोड़ा जिहा साइड ते माड़ा जिहा निगाह मलवा दो। इस चीज़ के उपर बजिंदर सिंगला जी वल्लों 61 लाख रुपये की ग्रांट दित्ती गई सी, जिहदा हाल अज इह हैगा कि इत्थे एक बाथरूम तक नहीं हैगा, बाथरूम तक नहीं हैगा। मैं एक मेरी मार्केट के विच शॉप है, तो शॉप का मार्केट के विच इन्ना कु मंदा हाल है, जे इत्थे सिर्फ अद्धा घंटा मीह पै जाए तो तुसीं यकीन मन के चलोगे कि तुहाडा गोडे गोडे पानी खड़ जाणा गा जी। मतलब जे तो मैं एक एज ए शॉप मतलब दुकानदार गल करा फिर तो इत्थे तो बहुत माड़ा हाल हैगा, ठीक है। जे हुण एक एज ए वोटर गल करा तो एज ए वोटर दे तरीके च मैं ये गल करना चाहना गा सारी टीम नाल कि इन्ना जिहड़ियां पार्टियां नेगियां पहलां कांग्रेस ते अकाली, इन्होंने साडे मतलब पंजाब नू इन्ना कु लुट के खा लिया, इन्ना कु लुट के खा लिया कि जिहड़ी कदे सोने की चिड़ी हुंदी हुंदा सीगा पंजाब मेरा, वह अज कखां दी चिड़ी बन के रह गया, चिड़ी भी नहीं रही, वह भी बेचारी उहदे खंभ खुंभ कुतरे गए। कि पार्टी चंगी लगती है, कि पार्टी लगती है पंजाब का भला करूगी, किनू लैके आना चाहिए? मैनू नहीं लगता है कि मैं इन्हों के किसी को चुनूंगा जी। वह मेन रीज़न ये रहा गा कि 70-72 साल अपना कांग्रेस भी आई तो अकाली दल भी आए, बीजेपी भी आ चुकी हैगी। अच्छा, किसान भी किसान? हाँ मैं किसानों की भी गल करूँगा, तो असल दे विच की हैगा भी इन्हां दे विचों एक साढ़े पंजाब दियां गलियां नालियां नहीं पक्कियां हुई 72 साल यह होर साढ़े नाल करनगे की। दूजी गल मैं ये करूँगा, ये सारिया पार्टियां कह रही असं 100,000 रुपया लेडीज़ नूं दवांगे, है ना, जे कर देंगे वो कर देंगे, अपना की आदा नाम आटा दाल की स्कीम सानू हैगी हैगी फ्री कर रहे ने, पर सानू आ चीज़ा नहीं चाहिए। फिर जी फिर ऑप्शन की है साढ़े कोल, किनू बिठाइए सी राजगद्दी ते? ऑप्शन तो यह है जी, आपां नूं सिक्ख्या चाहीदी है, मैडिकल सहूलत चाहीदियां ने, ठीक है जी, रुजगार चाहिए। नहीं किनू वोटा पाई है जी? कि पार्टी हम ग्राउंड से, क्योंकि 5-6 पार्टियां नजर आ रही ने, इन्होंने जो कि अज तक तुम ला लो जी, ना तो अकाली दल ने रुजगार दिता है, ठीक है जी, तो ना तो अकाली दल ने रुजगार दिता है, तो ना कद कुछ होर कांग्रेस ने भी नहीं कद कुछ किया जी, ठीक है जी। आ जिमें बाई कह के हटिया 61 लाख रुपया ग्रांट आई हुई है जी, ठीक है जी। अच्छा फिर किसान रह गए या आम आदमी पार्टी रह गई या हूँ भाजपा गठजोड़ करके आई है कैप्टन साहब नाल ने, ना तो जी असी वोट पाईए बीजेपी नू, ना पाईए कांग्रेस नू, ना पाईए अकालिया नू। इस बार असी जिमें कि असी देखिया दिल्ली मॉडल, मेरा जी गड्डियां दा काम है जी। मैं दिल्ली तुसी एवें ला लो मेरा रोज दा चक्कर है जी, ठीक है, हर दूजे दिन मैं दिल्ली जाना जी। मैं देखदा दिल्ली दे सहूलतां देखियां ने जी, दिल्ली दे स्कूल देखे ने, उत्थे दा हर एक सिस्टम मेरा देखिया होया जी। इस करके अपनी वोट इस बार आम आदमी पार्टी नू, इन्हां दी वोट आम आदमी पार्टी नू। साढ़े नाल आम जिहड़े लोग ने किसानी संघर्ष च भी रहे ने,
ਕੀ ਸੋਚਦੇ ਹੋ? ਅਸੀਂ ਪਿਛਲੇ ਸਮੇਂ ਦੇ ਵਿੱਚ ਸਰਦਾਰ ਬਲਬੀਰ ਸਿੰਘ ਰਾਜੇਵਾਲ ਦੇ ਨੀਤੀਆਂ ਪਾਲਸੀਆਂ ਨੂੰ ਗੌਰ ਨਾਲ ਦੇਖਿਆ ਹੈ। ਜਿਵੇਂ ਉਹਨਾਂ ਨੇ ਆਪਣੀ ਸੱਚੀ ਦਿਲੋਂ ਮੋਰਚੇ ਦੀ ਅਗਵਾਈ ਕੀਤੀ ਅਤੇ ਕਾਲੇ ਕਾਨੂੰਨਾਂ ਨੂੰ ਵਾਪਸ ਕੀਤਾ, ਅਤੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਲੋਕ ਪਰਾਲੀਆਂ ਕਿਸਾਨਾਂ ਵੱਲੋਂ ਸਾੜੀਆਂ ਜਾਂਦੀਆਂ ਸੀ, ਤਾਂ ਕੇਜਰੀਵਾਲ ਧੂੰਏ ਦਾ ਪ੍ਰਦੂਸ਼ਣ ਕਹਿ ਕੇ ਸੁਪਰੀਮ ਕੋਰਟ ਦੇ ਵਿੱਚ ਐਡਾ ਸਖ਼ਤ ਰੂਲ ਕਾਨੂੰਨ ਬਣਵਾਇਆ ਜਿਹਦੇ 'ਚ 1 ਕਰੋੜ ਤੱਕ ਦਾ ਕਿਸਾਨ ਨੂੰ ਜੁਰਮਾਨਾ ਅਤੇ 5 ਸਾਲ ਤੱਕ ਦੀ ਕੈਦ। ਜੇ ਐਸਾ ਕੁਛ ਪੰਜਾਬ ਦੇ ਧੂੰਏ ਤੋਂ ਬਦਬੂ ਆਉਂਦੀ ਹੈ ਤਾਂ ਪੰਜਾਬ 'ਚ ਜਦੋਂ ਇਹ ਸਰਕਾਰ ਚਲਾਉਣਗੇ ਉਦੋਂ ਧੂੰਏ 'ਚ ਕਿਵੇਂ ਚੱਲਣਗੇ? ਨੰਬਰ ਕਿਸਾਨ ਸੀਟਾਂ ਕੱਢਣਗੇ। ਕਿਸਾਨਾਂ ਦਾ ਜਦੋਂ ਚੋਣ ਮੈਨੀਫੈਸਟੋ ਆਇਆ ਅਤੇ ਅੱਜ ਕਪਿਆਲ ਦੇ ਵਿੱਚ ਮਿੰਟੂ ਵੱਲੋਂ ਪ੍ਰਦਰਸ਼ਨ ਕੀਤਾ ਗਿਆ, ਜਿੱਥੇ ਆਮ ਮਹਾਰੇ ਬਿਨਾਂ ਸੱਦੇ ਤੋਂ 250-300 ਕਿਸਾਨ ਸੱਥ ਦੇ ਵਿੱਚ ਇਕੱਠਾ ਹੋ ਕੇ ਉਹਦੇ ਹੱਕ 'ਚ ਨਾਅਰੇ ਮਾਰ ਕੇ ਉਹਨੂੰ ਪੂਰਾ ਵਿਸ਼ਵਾਸਨ ਦਵਾ ਕੇ ਗਏ ਨੇ। ਇਹਨਾਂ ਗੱਲਾਂ ਤੋਂ ਆਸ ਲੱਗਦੀ ਹੈ ਕਿ ਮੁੜ ਪੁਰਾਣੀ ਜਿਹੜੀ ਇਤਿਹਾਸ ਹੈ ਉਹ ਦੁਹਰਾਇਆ ਜਾਊਗਾ। ਹਵਾ ਇਹਨਾਂ ਦੇ ਦਿਨਾਂ ਵਿੱਚ ਜਦੋਂ ਚੱਲੂਗਾ ਨਾਲ ਦੀ ਨਾਲ ਬਦਲੂਗੀ, ਜਿੱਤ ਯਕੀਨੀ ਹੋਵੇਗੀ। ਮੈਂ ਦੇਖੋ ਇਹਨਾਂ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ। ਅਸਲ ਦੇ ਵਿੱਚ ਸਰਦਾਰ ਸਾਹਿਬ ਨੇ ਬਹੁਤ ਸੋਹਣੀ ਗੱਲ ਕਹੀ ਆ, ਪਰ ਇੱਕ ਗੱਲ ਇੱਥੇ ਕੁਐਸਚਨ ਇਹ ਵੀ ਬਣਦਾ ਹੈਗਾ ਵੀ ਇੱਕ ਟਾਈਮ ਉਹ ਵੀ ਸੀਗਾ ਜਦੋਂ ਕਿਸਾਨ ਸੰਘਰਸ਼ ਮੋਰਚਾ ਆਮ ਆਦਮੀ ਪਾਰਟੀ ਦੀ ਸਪੋਰਟ ਲੈ ਰਿਹਾ ਸੀਗਾ। ਪਹਿਲੀ ਗੱਲ, ਮੈਂ ਇਹਨਾਂ ਤੋਂ ਸਵਾਲ ਨਹੀਂ ਪੁੱਛਣਾ, ਮੈਂ ਇਹਨਾਂ ਦਾ ਜਵਾਬ ਦਿੱਤਾ ਗਾ। ਸੈਕਿੰਡਲੀ, ਹੁਣ ਸਾਡੇ ਕੋਲ ਕੀ ਹੈਗਾ, ਸਾਡੇ ਕੋਲ ਉਹ ਟਾਈਮ ਹੈਗਾ ਕਿਉਂਕਿ ਵੋਟਰ ਜਿਹੜਾ ਹੁੰਦਾ ਗਾ ਉਹ ਹਮੇਸ਼ਾ ਇਸ ਚੀਜ਼ ਸੋਚਦਾ ਗਾ ਵੀ ਸਾਡਾ ਚਲੋ ਕਿਤੇ ਨਾ ਕਿਤੇ ਕਿਸੇ ਹੱਦ ਤੱਕ ਸਾਡਾ ਭਲਾ ਹੋਵੇ, ਸਾਡਾ ਨਾ ਸਹੀ ਸਾਡੇ ਬੱਚਿਆਂ ਦਾ ਭਲਾ ਹੋਵੇ, ਕਿਉਂਕਿ ਆਉਣ ਵਾਲੇ ਪੰਜਾਬ ਦਾ ਭਵਿੱਖ ਨੇਗੇ ਉਹ, ਹੈ ਨਾ। ਜੇ ਮੈਂ ਇਹ ਸੋਚਦਾ ਗਾ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਨਾ ਤਾਂ ਆਵੇ ਕਾਂਗਰਸ ਅਤੇ ਨਾ ਆਵੇ ਆਪਣੇ ਅਕਾਲੀ ਦਲ ਅਤੇ ਨਾ ਹੀ ਆਉਣ, ਸਾਨੂੰ ਇਹਨਾਂ ਦੀ ਵੀ ਲੋੜ ਨਹੀਂ ਹੈਗੀ BJP ਵਾਲਿਆਂ ਦੀ। ਸਾਨੂੰ ਲੋੜ ਆ ਇੱਕ ਜਿਹੜੇ ਉਹ ਲੀਡਰ ਨੇਗੇ ਜਿਹੜੇ ਹੁਣ ਤੱਕ ਚਲੋ ਕਰਪਟ ਨਹੀਂ ਰਹੇ ਹੈਗੇ, ਠੀਕ ਆ। ਉਹਨਾਂ ਨੇ ਭਗਵੰਤ ਮਾਨ ਜੀ 'ਤੇ ਇਹ ਚੀਜ਼ ਦਾ ਜ਼ਰੂਰ ਲੱਗਦਾ ਗਾ ਵੀ ਉਹਨਾਂ ਨੇ 7 ਸਾਲਾਂ ਦੇ ਵਿੱਚ ਕੁਛ ਨਹੀਂ ਕੀਤਾ। ਇਹ ਨਹੀਂ ਹੋ ਸਕਦਾ ਵੀ ਕੁਛ ਕੀਤਾ ਨਹੀਂ, ਉਹਨਾਂ ਨੇ ਕੀਤਾ ਵੀ ਬਹੁਤ ਕੁਛ ਹੈਗਾ। ਪਰ ਮੈਂ ਇਹ ਚਾਹੁੰਦਾ ਗਾ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਕਿਰਪਾ ਨਾਲ ਸਾਡੇ ਕਿਸਾਨ ਭਾਈ ਅਤੇ ਇੱਕ ਆਮ ਆਦਮੀ ਦੋਨੋਂ ਜਦੋਂ ਇਕੱਠੇ ਹੋਣਗੇ ਨਾ ਤਾਂ ਮੈਂ ਗਰੰਟੀ ਲੈਂਦਾ ਗਾ ਇਹ ਜਿਹੜੀਆਂ ਇਹਨਾਂ ਨੇ 72 ਸਾਲਾਂ ਦੇ ਵਿੱਚ ਸਾਡੇ ਨਾਲ ਸਾਡੇ ਪਰਿਵਾਰਾਂ ਦੇ 'ਤੇ ਤਸੱਦ ਢਾਇਆ ਨਾ, ਇਹਨਾਂ ਨੂੰ ਇਹ 72 ਸਾਲਾਂ ਦਾ ਹਮਿਆਜਾ ਸਿਰਫ 5 ਸਾਲਾਂ ਦੇ ਵਿੱਚ ਪਤਾ ਲੱਗੂ ਇਹਨਾਂ ਨੂੰ 5 ਸਾਲਾਂ ਦੇ ਵਿੱਚ। ਸਿਰਫ ਇੱਕੋ ਹੀ ਗੱਲ ਕਹਿਣਾ ਗਾ ਵੀ ਇਹ ਵੀ ਅਤੇ ਅਸੀਂ ਵੀ ਇੱਕ ਸਿਰਫ ਲੜਾਈ ਛੱਡ ਕੇ ਸਿਰਫ ਇੱਕ ਮਤਲਬ ਗੱਠਜੋੜ ਹੋ ਕੇ ਜੇ ਹੋ ਜਾਏ ਤਾਂ ਜ਼ਿਆਦਾ ਵਧੀਆ ਹੈਗਾ, ਕਿਉਂਕਿ ਹੋਰ ਸਾਡੇ ਕੋਲ ਆਪਸ਼ਨ ਕੋਈ ਹੈ ਨਹੀਂ ਗੀ। ਨੋਟਾਂ ਦੱਬਾਂਗੇ ਸਾਨੂੰ ਕੀ ਮਿਲਣਾ, ਕੁਛ ਨਹੀਂ ਮਿਲਣਾ ਹੈਗਾ, ਠੀਕ ਹੈ। ਇਸ ਕਰਕੇ ਭਾਈ ਸਾਹਿਬ ਕਹਿ ਰਹੇ ਨੇ ਕੁਛ ਦਿਲ ਦੀ ਬਹੁਤ ਵੱਡੀ ਦਿਲ ਦੀ ਆਵਾਜ਼ ਹੈ ਨੌਜਵਾਨ ਦੀ ਕਿ ਨੌਜਵਾਨ ਚਾਹੁੰਦੇ ਸੀ ਕਿਸਾਨ ਅਤੇ ਆਮ ਆਦਮੀ ਪਾਰਟੀ ਇਕੱਠੀ ਹੋ ਜਾਵੇ ਅਤੇ ਅੱਜ ਦੀ ਜੋ ਸਮਾਜਿਕ ਹਾਲਤ ਹੈ ਉਹ ਨੌਜਵਾਨਾਂ ਵਾਸਤੇ ਇੰਨਾ ਚਿੰਤਾ ਦਾ ਵਿਸ਼ਾ ਹੈ ਕਿ ਉਹਨਾਂ ਨੂੰ ਮਜਬੂਰੀ ਬਸ ਪ੍ਰਵਾਸ ਕਰਨੇ ਪੈ ਰਹੇ ਨੇ, ਆਪਣੇ ਬਿਰਧ ਮਾਤਾ ਪਿਤਾ ਨੂੰ ਇੱਥੇ ਛੱਡ ਕੇ ਬਾਹਰ ਛੋਟੇ ਛੋਟੇ ਕੰਮਾਂ 'ਚ ਆਪਣੀ ਜ਼ਿੰਦਗੀ ਲਾ ਰਹੇ ਨੇ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਨੌਜਵਾਨਾਂ ਨੂੰ ਸ਼ਾਇਦ ਪਤਾ ਵੀ ਹੋਵੇ, ਪਰ ਅੱਜ ਜੋ ਪਾਰਟੀਆਂ ਨੇ ਸਾਰੀਆਂ ਲੋਕਾਂ ਦੇ ਉੱਪਰ ਕਾਰਪੋਰੇਟ ਮਾਡਲ ਲੱਦ ਰਹੀਆਂ ਨੇ, ਉਹ ਕਾਰਪੋਰੇਟ ਮਾਡਲ ਸਾਤੋਂ ਰੁਜ਼ਗਾਰ ਵੀ ਖੋ ਰਿਹਾ, ਸਾਨੂੰ ਗਰੀਬੀ ਵੱਲ ਵੀ ਧੱਕ ਰਿਹਾ, ਸਾਨੂੰ ਖੁਦਕੁਸ਼ੀਆਂ ਵੱਲ ਵੀ ਧੱਕ ਰਿਹਾ, ਕਿਸਾਨ ਦੀ ਜ਼ਮੀਨ ਵੀ ਖੋ ਰਿਹਾ, ਸਾਤੋਂ ਹਵਾਈ ਅੱਡੇ ਵੀ ਖੋ ਰਿਹਾ, ਸਾਤੋਂ ਰੇਲਵੇ ਸਟੇਸ਼ਨ ਵੀ ਖੋ ਰਿਹਾ, ਸਾਤੋਂ ਬੱਸ ਸਟੈਂਡ ਵੀ ਖੋ ਰਿਹਾ, ਸਾਡੀਆਂ ਬੈਂਕਾਂ ਵੀ ਖੋ ਰਿਹਾ, ਸਰਕਾਰੀ ਅਦਾਰੇ ਖਤਮ ਕਰਨ ਵੱਲ ਨੂੰ ਹੋ ਰਹੇ ਨੇ, ਇੱਥੋਂ ਤੱਕ ਕਿ ਵਿੱਦਿਅਕ ਅਦਾਰੇ ਇਹਨਾਂ ਨੇ ਅਵਾਨੀ ਅਤੇ ਅਡਾਨੀ ਦੇ ਵਿੱਚ ਸਮਝੌਤਾ ਕਰਕੇ ਵਿੱਚ ਨੇ ਕਰ ਰੱਖੇ ਨੇ। ਇਹ ਕਾਰਪੋਰੇਟ ਮਾਡਲ ਨੂੰ ਬਦਲਣ ਵਾਸਤੇ ਹੀ 3 ਕਾਲੇ ਕਾਨੂੰਨ ਲਿਆਉਂਦੇ ਸੀ, ਉਹ ਕੈਂਸਲ ਕਰਵਾਏ। ਇਸ ਕਰਕੇ ਜਿਹੜਾ ਕੋਪਰੇਟ ਮਾਡਲ ਹੈ, ਜਿਹੜਾ ਕਿ ਰਾਜੇਵਾਲ ਦੀ ਸੋਚ ਦਾ ਸਿੱਟਾ ਹੈ, ਜਦੋਂ ਕੋਪਰੇਟ ਮਾਡਲ ਪੰਜਾਬ ਦੇ ਵਿੱਚ ਲਾਗੂ ਹੋਵੇਗਾ ਤਾਂ ਇਹ ਸਾਰੇ ਮੁੱਦੇ ਹੱਲ ਹੋਣਗੇ। ਇਹ ਨਾ ਕਿਸੇ ਨੂੰ ਪੈਨਸ਼ਨ ਦੀ ਲੋੜ ਪਊਗੀ, ਨਾ ਕਿਸੇ ਨੂੰ ਆਟਾ ਦਾਲ ਦੀ ਲੋੜ ਪਏਗੀ, ਜਦੋਂ ਰੁਜ਼ਗਾਰ ਆ ਜਾਏਗਾ, ਕੋਪਰੇਟਿਵ ਮਾਡਲ ਆ ਜਾਏਗਾ, ਪੂੰਜੀ ਆ ਜਿਹੜੀ ਸਭ ਲੋਕਾਂ ਦੇ ਵਿੱਚ ਬਰਾਬਰਤਾ ਵਾਲੀ ਬਣ ਜੂਗੀ, ਤਾਂ ਸਾਰੇ ਲੋਕ ਖੁਸ਼ਹਾਲ ਹੋਣਗੇ, ਪੰਜਾਬ ਮੁੜ ਕੇ ਨਵੀਆਂ ਲੀਹਾਂ 'ਤੇ ਚੱਲੇਗਾ। ਇਹ ਰਾਜੇਵਾਲ ਹੀ ਕਰ ਸਕਦੇ ਨੇ, ਹੋਰ ਕੋਈ ਵੀ ਪਾਰਟੀ ਨਹੀਂ ਕਰ ਸਕਦੀ ਜੀ। ਸੋ ਤੁਸੀਂ ਸੁਣਿਆ ਕਿ ਨੌਜਵਾਨ ਦੇ ਆਪਣੇ ਵਲਵਲੇ ਨੇ, ਰਾਜੇਵਾਲ ਦੇ ਜੋ ਮਾਡਲ ਹੈ ਉਹ ਭਰਾ ਜੀ ਦਾ ਆਪਣੇ ਵਲਵਲੇ ਨੇ, ਆਪਣੀ ਸੋਚ ਹੈ। ਤੁਸੀਂ ਨੇ ਸੁਣਿਆ ਕਿ ਹਰ ਪਾਰਟੀ ਦੇ ਆਪਣੇ ਆਪਣੇ ਏਜੰਡੇ ਨੇ, ਇੱਕ ਦੂਜੇ ਨੂੰ ਭੰਡੀ ਪ੍ਰਚਾਰ ਵੀ ਹੈ ਜਿਹੜਾ ਉਹ ਵੀ ਤੁਹਾਨੂੰ ਸੁਣਿਆ। ਤੁਸੀਂ ਸੁਣਿਆ ਭਵਾਨੀਗੜ੍ਹ ਸ਼ਹਿਰ ਦੇ ਨੌਜਵਾਨ ਦੁਕਾਨਦਾਰਾਂ ਦਾ ਕਿਵੇਂ ਸੋਚਣਾ, ਸਿਆਸੀ ਪਾਰਾ ਸਿਖਰਾਂ 'ਤੇ ਹੈ,
सारिया पार्टियां चोन मैदान दे विच ने तुहानू लेके आए हैं गऊशाला चौंक भवानगढ़ विखे। दुकानदार मौजूद ने, आपां गलबात करन दी कोशिश करदे आ। ओपी आ जा इधर वीर जी। सारिया सियासी पार्टियां ग्राउंड दे विच ने, की लगदा केड़ी पार्टी पंजाब दा भला करूगी? ਸਾਡੇ ਹਿਸਾਬ ਨਾਲ ਤਾਂ ਬੀਜੇਪੀ ਓ ਕਰ ਸਕਦੀ ਹੈ ਭਲਾ ਤਾਂ ਜੀ। ਬੀਜੇਪੀ ਹੁਣ ਗਰਾਊਂਡ ਦੇ ਵਿੱਚ ਆਈ ਹੈ, ਕਿਵੇਂ ਲੱਗਦਾ ਕਿਸਾਨੀ ਸੰਘਰਸ਼ ਵੀ ਨਿਕਲ ਕੇ ਗਿਆ, ਕਿਵੇਂ ਲੱਗਦਾ ਕਿ ਕਾਮਯਾਬੀ ਮਿਲੂਗੀ? ਸਾਡੇ ਹਿਸਾਬ ਨਾਲ ਤਾਂ ਮਿਲਣੀ ਚਾਹੀਦੀ ਹੈ, ਕਿਉਂਕਿ ਮੋਦੀ ਹੀ ਕਰ ਸਕਦਾ ਹੱਲ ਮਸਲੇ ਸਾਰੇ, ਜਿਹੜੇ ਵੀ ਕਰ ਸਕਦਾ ਮੋਦੀ ਜੀ ਓ ਕਰ ਸਕਦੇ ਨੇ। ਅੱਛਾ, ਸਿੰਗਲਾ ਸਾਹਿਬ ਕਹਿੰਦੇ ਨੇ ਕਿ ਉਹਨਾਂ ਨੇ ਕੰਮ ਕਰੇ ਨੇ ਗਰਾਊਂਡ 'ਤੇ, ਕੰਮ ਕਰੇ ਨੇ, ਕਿਵੇਂ ਲੱਗਦਾ ਵੀ ਕਿੰਨੇ ਕੁ ਕੰਮ ਕਰੇ ਨੇ ਕਿ ਉਹਨਾਂ ਨੂੰ ਸਫਲਤਾ ਮਿਲੂ? ਨਹੀਂ, ਕੰਮ ਤਾਂ ਉਹਨਾਂ ਨੇ ਕੀਤੇ ਨੇ, ਕੰਮ ਦੀ ਤਾਂ ਉਹਨਾਂ ਦੀ ਕੋਈ ਉਹ ਨਹੀਂ ਹੈਗੀ, ਲੇਕਿਨ ਪਰ ਇਸ ਵਾਰ ਉਹਨਾਂ ਦੀ ਸਰਕਾਰ ਨਹੀਂ ਬਣਦੀ, ਇਸ ਕਰਕੇ ਬਦਲ ਚਾਹੀਦਾ ਬਦਲ ਚਾਹੀਦਾ। ਇਸ ਵਾਰ ਕਹਿੰਦੇ ਭਾਜਪਾ ਨੂੰ ਮੌਕਾ ਮਿਲੂਗਾ, ਅਤੇ ਆਪਾਂ ਗੱਲਬਾਤ ਕਰਦੇ, ਤੁਹਾਨੂੰ ਕਿਵੇਂ ਲੱਗਦਾ? ਕੋਈ ਨਹੀਂ, ਉਹਨਾਂ ਨੇ ਤਾਂ ਗੱਲ, ਤੁਹਾਨੂੰ ਕਿਵੇਂ ਲੱਗਦਾ? ਬੀਜੇਪੀ ਆਊਗੀ ਜਦ ਕਿਤੇ ਜੀ। ਹਾਂਜੀ, ਬੀਜੇਪੀ ਆਊਗੀ। ਕਿਹੜੀ ਸਰਕਾਰ ਜਿਹੜਾ ਪੰਜਾਬ ਦਾ ਤੁਹਾਨੂੰ ਲੱਗਦਾ ਪੰਜਾਬ 'ਚ ਸਰਕਾਰ ਬਣੂ ਬੀਜੇਪੀ? ਹਾਂ, ਸਰਕਾਰ ਤਾਂ ਜੀ ਜਿਵੇਂ ਮੋਦੀ ਦਾ ਹੁਕਮ ਹੋਊਗਾ ਇਹ ਬਣੂਗੀ ਜੀ, ਸਰਕਾਰ ਤਾਂ ਬੀਜੇਪੀ ਦੀ ਬਣੂਗੀ ਜੀ। ਜੀ, ਅੱਛਾ, ਕਈ ਕੰਮ ਜਿਵੇਂ ਗਰਾਊਂਡ ਦੇ ਵਿੱਚ ਅਸੀਂ ਸੁਣ ਰਹੇ ਸੀਗੇ ਕਿ ਕਈ ਕੰਮ ਨੇ ਜਿਹੜੇ ਦਿੱਲੀ ਵਾਲੇ ਹੀ ਕਰ ਸਕਦੇ ਨੇ, ਇਹੀ ਗੱਲ ਲੱਗਦੀ ਹੈ? ਹਾਂਜੀ ਜੀ। ਇਹਨਾਂ ਦਾ ਸੋਚਣਾ ਕਿ ਭਾਰਤੀ ਜਨਤਾ ਪਾਰਟੀ ਹੀ ਪੰਜਾਬ ਦਾ ਭਲਾ ਕਰ ਸਕਦੀ ਹੈ, ਆਪਾਂ ਕੋਸ਼ਿਸ਼ ਕਰਦੇ ਹਾਂ। ਵੀਰ ਜੀ, ਤੁਹਾਨੂੰ ਕਿਵੇਂ ਲੱਗਦਾ? ਲੱਗਣ ਨੂੰ ਤਾਂ ਕੀ ਆ ਸਰ, ਬਸ ਅਸੀਂ ਤਾਂ ਇਹ ਕਹਿੰਦੇ ਵੀ ਆਮ ਪਬਲਿਕ ਬਾਰੇ ਸਰਕਾਰਾਂ ਸੋਚਣ, ਅਤੇ ਸਹੂਲਤਾਂ ਮਿਲਣ, ਸਿੱਖਿਆ ਮਿਲੇ, ਹਸਪਤਾਲ ਮਿਲੇ, ਆਮ ਜਿਹੜੇ ਸਾਰੇ ਲੋਕਾਂ ਦੀਆਂ ਸਮੱਸਿਆ ਨੇ ਉਹ ਹੱਲ ਹੋਣ, ਵਧੀਆ ਸਰਕਾਰ ਆਵੇ ਕੋਈ ਵੀ ਆਵੇ, ਬਸ ਆਮ ਲੋਕਾਂ ਲਈ ਉਹਨਾਂ ਦੇ। ਚਲੋ ਜੋ ਵੀ ਹੈ ਜੀ, ਅਸੀਂ ਤਾਂ ਕਹਿੰਦੇ ਹਾਂ ਨਿਰਪੱਖਤਾ ਨਾਲ ਜੋ ਲੋਕਾਂ ਨੂੰ ਚੰਗਾ ਲੱਗੂਗਾ ਉਹਨੂੰ ਵੋਟਾਂ ਪਾਉਣ, ਵੀ ਪਰ ਸਰਕਾਰ ਵਧੀਆ ਲੋਕਾਂ ਦੇ ਹਿੱਤਾਂ ਲਈ ਆਵੇ। ਬਹੁਤ ਸੋਹਣੀ ਗੱਲ ਕੀਤੀ ਹੈ ਕਿ ਕੰਮ ਕਰਨ ਵਾਲੀ ਸਰਕਾਰ ਆਵੇ, ਪਰ ਇਸ ਵੇਲੇ ਕੀ ਲੱਗਦਾ ਕਿ ਕਿਹਦੀ ਕਿਹਦੀ ਟੱਕਰ ਹੋ ਸਕਦੀ? ਟੱਕਰ ਤਾਂ ਸਰ ਹੁਣ ਜੇ ਦੇਖੀ ਜਾਵੇ ਕਾਂਗਰਸ ਅਤੇ ਆਪ ਦੀ ਜ਼ਿਆਦਾ ਦੱਸ ਰਹੇ ਨੇ ਜੀ। ਸੋ ਨੌਜਵਾਨਾਂ ਦਾ ਕਹਿਣਾ ਕਿ ਕਾਂਗਰਸ ਅਤੇ ਆਪ ਦੀ ਟੱਕਰ ਜਿਹੜੀ ਇਸ ਟਾਈਮ ਹੋ ਰਹੀ ਹੈ, ਕਿਵੇਂ ਲੱਗਦਾ ਤੁਹਾਨੂੰ? ਬਸ ਜੀ ਇਹੀ ਗੱਲ ਹੈ, ਟੱਕਰ ਤਾਂ ਕਾਂਗਰਸ ਦੀ ਆਪ ਦੀ ਹੋ ਰਹੀ ਪੰਜਾਬ 'ਚ, ਬਦਲਾਅ ਵੀ ਹੋਊਗਾ। ਸੋ ਕਹਿੰਦੇ ਬਦਲਾਓ ਹੋਣਾ ਚਾਹੀਦਾ, ਟੱਕਰ ਆਪ ਅਤੇ ਕਾਂਗਰਸ ਦੀ ਹੈ, ਦੇਖਣਾ ਹੋਊਗਾ ਕਿ ਕਿਹੜੀਆਂ ਕਿਹੜੀਆਂ ਪਾਰਟੀਆਂ ਕਿੱਥੇ ਕਿੱਥੇ ਖੜੀਆਂ ਰਹਿੰਦੀਆਂ ਨੇ। ਤੁਹਾਨੂੰ ਲੈ ਕੇ ਚੱਲਦੇ ਹਾਂ ਸ਼ਹਿਰ ਦੇ ਇੱਕ ਹੋਰ ਹਿੱਸੇ 'ਚ, ਅਤੇ ਸੁਣਾਉਂਦੇ ਹਾਂ ਸ਼ਹਿਰ ਵਾਸੀਆਂ ਦਾ, ਵੋਟਰਾਂ ਦਾ, ਲੋਕਾਂ ਦਾ ਕੀ ਸੋਚਣਾ ਹੈ। ਆ ਜਾਓ, ਬਜਿੰਦਰ ਸਿੰਗਲਾ ਜੀ ਵੱਲੋਂ 61 ਲੱਖ ਰੁਪਈਏ ਦੀ ਗ੍ਰਾਂਟ ਦਿੱਤੀ ਗਈ ਸੀ ਕਿ ਇੱਥੇ ਇੱਕ ਬਾਥਰੂਮ ਤੱਕ ਨਹੀਂ ਹੈਗਾ। ਇੱਕ ਸਾਡੇ ਪੰਜਾਬ ਦੀਆਂ ਗਲੀਆਂ ਨਾਲੀਆਂ ਨਹੀਂ ਪੱਕੀਆਂ ਹੋਈਆਂ 72 ਸਾਲਾਂ ਦੇ ਵਿੱਚ, ਇਹ ਹੋਰ ਸਾਡੇ ਨਾਲ ਕਰਨਗੇ ਕੀ? ਸਾਡੇ ਕਿਸਾਨ ਭਾਈ ਅਤੇ ਇੱਕ ਆਮ ਆਦਮੀ ਦੋਨੋਂ ਜਦੋਂ ਇਕੱਠੇ ਹੋਣਗੇ ਨਾ, ਤਾਂ ਮੈਂ ਗਰੰਟੀ ਲੈਂਦਾ ਗਾ ਇਹ ਜਿਹੜੀਆਂ ਇਹਨਾਂ ਨੇ 72 ਸਾਲਾਂ ਦੇ ਵਿੱਚ ਸਾਡੇ ਨਾਲ ਸਾਡੇ ਪਰਿਵਾਰਾਂ ਦੇ 'ਤੇ ਤਸੱਦੇ ਢਾਇਆ ਨਾ, ਇਹਨਾਂ ਨੂੰ ਇਹ 72 ਸਾਲਾਂ ਦਾ ਹਮਿਆਜਾ ਸਿਰਫ 5 ਸਾਲਾਂ ਦੇ ਵਿੱਚ ਪਤਾ ਲੱਗੂਗਾ। ਹਾਂ, ਸਾਡੀ ਤੱਕੜੀ ਜਿੱਤੂਗੀ ਜੀ। ਹਾਂ, ਅਸੀਂ ਸ਼ਹਿਰ 'ਚ ਬਹੁਤ ਕੁਝ ਕੀਤਾ ਹੈ, ਬਹੁਤ ਕੁਝ ਕਰਾਂਗੇ। ਸਵਾਗਤ ਹੈ ਤੁਹਾਡਾ, ਤੁਸੀਂ ਦੇਖ ਰਹੇ ਹੋ ਮਾਲਵਾ ਐਮਬੀ ਟੀਵੀ, ਮੈਂ ਗੁਰਵਿੰਦਰ ਸਿੰਘ ਰੋਮੀ ਤੁਹਾਨੂੰ ਲੈ ਕੇ ਆਇਆ ਭਵਾਨੀਗੜ੍ਹ ਦੀ ਆਰਾ ਮਾਰਕੀਟ ਦੇ ਵਿੱਚ ਖੜ੍ਹੇ ਹਾਂ ਅਸੀਂ। ਆਪਾਂ ਜਾਣਦੇ ਹਾਂ ਆਮ ਜਨਤਾ ਕੀ ਸੋਚਦੀ ਹੈ, ਪੰਜਾਬ ਦੇ ਵਿੱਚ ਚੋਣਾਵੀ ਮਾਹੌਲ ਹੈ ਜੋ ਪੂਰੀ ਤਰ੍ਹਾਂ ਭਖਿਆ ਹੋਇਆ, ਵੱਖ ਵੱਖ ਪਾਰਟੀਆਂ ਗਰਾਊਂਡ ਦੇ ਵਿੱਚ ਨੇ, ਵੱਖ ਵੱਖ ਵਾਅਦੇ ਕੀਤੇ ਜਾ ਰਹੇ ਨੇ। ਪਿਛਲੀ ਕਾਂਗਰਸ ਸਰਕਾਰ ਤੋਂ ਕਿੰਨਾ ਕੁ ਸੰਤੁਸ਼ਟ ਨੇ ਲੋਕ, ਆਮ ਵੋਟਰਾਂ ਦਾ, ਆਮ ਦੁਕਾਨਦਾਰਾਂ ਦਾ ਕੀ ਸੋਚਣਾ ਹੈ? ਦੁਕਾਨਦਾਰ, ਕਿਉਂਕਿ ਅੱਜ ਸੰਡੇ ਹੈ, ਧੁੱਪ ਸੇਕ ਰਹੇ ਨੇ, ਆਮ ਦੁਕਾਨਦਾਰ ਧੁੱਪੇ ਬੈਠੇ ਨੇ, ਸੋ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਵੀਰ ਜੀ, ਤੁਹਾਡਾ ਨਾਮ? ਮੇਰਾ ਨਾਮ ਬਲਵਿੰਦਰ ਸਿੰਘ, ਪਿੰਡ ਮਾਝਾ ਜੀ। ਮਾਝਾ ਸਾਹਿਬ, ਸਾਰੀਆਂ ਸਿਆਸੀ ਪਾਰਟੀਆਂ ਨੇ ਜਿਹੜੀਆਂ ਚੋਣ ਮੈਦਾਨ ਦੇ ਵਿੱਚ ਨੇ, ਸਾਰੀਆਂ ਪਾਰਟੀਆਂ ਵੱਖ ਵੱਖ ਵਾਅਦੇ ਕਰ ਰਹੀਆਂ ਨੇ, ਕਿਵੇਂ ਲੱਗਦਾ ਕਿਹੜੀ ਪਾਰਟੀ ਪੰਜਾਬ ਦਾ ਭਲਾ ਕਰੂਗੀ? ਵੈਸੇ ਜੀ ਹੁਣ ਚੋਣ ਮਖਾੜਾ ਪੂਰਾ ਭਰ ਭਗ ਚੁੱਕੇ, ਸਾਰੀਆਂ ਪਾਰਟੀਆਂ ਆਪੋ ਆਪ ਦਾ ਪੂਰਾ ਜ਼ੋਰ ਲਾ ਰਹੀਆਂ ਨੇ ਜੀ, ਪਰ ਇੱਥੇ ਜਿਹੜੀ ਲੋਕਾਂ 'ਚ ਤੇ ਦੇਖਣ 'ਚ ਆਈ ਹੈ ਵੀ ਜਿਹੜਾ ਮੇਨ ਮੁਕਾਬਲਾ ਉਹ ਨਰਿੰਦਰ ਕੌਰ ਭਰਾ ਅਤੇ ਵਿਜੇਂਦਰ ਸਿੰਗਲਾ ਦੇ ਵਿਚਕਾਰ ਹੈ ਜੀ। ਅੱਛਾ, ਕਿਵੇਂ ਲੱਗਦਾ ਪਿਛਲੀ ਸਰਕਾਰ ਨੇ
काम कार कर रहे ने, सिंगला कहते हैं कि मैं विकास कार्य करवाए ने, आधार से वोटा मंग रहा। हाँ जी, वैसे सिंगला साहब ने पिंडा दे विच्चे बहुत ज़्यादा विकास कराया, जितों भी पुछदे हैं जी हरेक कहिंदे ने भी बहुत कम किया जी संगरूर दे विच्चे, जे विकास किया तां विजेंद्र सिंगला ने किया जी। जी अच्छा, जे विकास किया फिर उहदा हक भी बनता वोटां दा? हाँ जी, जिहड़े हिसाब नाल विकास दीआं गल्लां होईआं ने ते देखिआ भी गिआ उहदे हिसाब नाल सिंगला दा वोटां दा हक जरूर बनदा जी। जी अच्छा, किहड़ी पार्टी लगदी है कि उह जित प्राप्त करदी है? जे देखण जाया तो इतने भरा जो सिंगले के विचकार मुकाबला है, सिंगले की इस वक्त बढ़त लगती है जी। माझा साहब का कहना कि सिंगला साहब तो बीबी बराज च टक्कर है, आप गलबात करते हैं। भी जी तुहानू की लगता है? सिंगला साहब तो भरा च ही टक्कर है जी, पर भरा का पलड़ा भारी लगता जी। अच्छा, किवें सरकार ने जो काम किए ने कांग्रेस सरकार ने, वो संतुष्ट हो? कम तो किए ने जी, पर करप्शन भी बहुत हुई है जी, पर उस हिसाब नाल इस बार लगता भी झाड़ू का जोड़ ज़्यादा चलूगा जी। अच्छा, भारतीय जनता पार्टी वालों अरविंद खन्ना चोन मैदान दे विच ने, ते किसान जो किसानों की पार्टी है उन्होंने मिट्टू तुर भी चोन मैदान दे विच ने, किवें लगता है उन्होंने? नहीं, उन्होंने भी वधिया जी, और थोड़ा लेट आए ने, पर ठीक है, उन्होंने वधिया उधार उन्होंने भी जी। सो नवे नौजवान साढ़े नाल मौजूद ने, यह नौजवान मैं तुम्हें जानकारी दे दा कि समय समय से लोग भलाई के काम भी करते रहते हैं। तुहानू किवें लगता सारिया सियासी पार्टियां ग्राउंड दे विच ने, किवें लगता भी कि पार्टी आने वाले समय से पंजाब का भला करूगी? देखो जी, पार्टियां तो सारी वधिया ने जी, तो भला तो देखो जी, सिंगला साहब हुण विकास कर रहे ने, उन्होंने सड़कों का बी जी आई लैके आए ने जी, तो ये विकास है जी जी, ते सानू लगता भी सिंगला साहब पहले भी जितणगे जी, जितणगे। हाँ जी, हाँ जी। सो नौजवानों का मनना कि सिंगला साहब जितणगे, शर्मा जी किवें लगता? देखो जी, साढ़े हिसाब नाल तां कांग्रेस का ज्यादा पलड़ा भारी है जी, कांग्रेस के जितने के चांस पूरे ने जी। अच्छा, एक जी एक आवाज होर आ रही है कि खन्ना साहब के आने नाल शहरी जी वोट है वह बढ़ जूगी, किमें सोच? नहीं जी, नहीं, बीजेपी इस टाइम नैगेटिव उत्ते लग रही है, वैसे कोई वह नहीं इस तरह का है जी, कांग्रेस से मतलब कि झाड़ू वाले की टक्कर है जी, उन्हों का कोई इस रोल नहीं, बाकी देखो जो पब्लिक के बेस पर जी। सो नौजवानों का कहना कि कांग्रेस से झाड़ू की टक्कर है, तुहानू शहर के एक होर हिस्से लैके चलते हैं तो सुनाने लोग की सोचते ने, की गलबात करते ने साडे नाल, तुहानू किवें लगता है? मैं तो जी यही कहना चाहना कि विकास तो बहुत किया सिंगला साहब ने, पर जरा शहर का पानी का मसला वो नहीं हल किया उन्होंने, बस साड़ी तो यही है बस जी। हाँ, जितन जुतन का अपन कोई भी जितन ना जितन अपन कोई हो नहीं जी, विकास बथेरा किया जी। हाँ, विकास बहुत किया पर पानी का जो मसला है वह कहते ज्योदा त्यों बनया हुआ, भी भाई कहोगे कुछ? हाँ, साड़ी तकड़ी जीतूगी जी, हाँ असी शहर च बहुत कुछ किया है, बहुत कुछ करांगे जी, और साड़ी तकड़ी जिता के छड़ांगे बिल्कुल। बीबा जी कहते कि पहला बादल साहब ने बड़ा विकास किया, तकड़ी ही जीतूगी, अलग अलग राय हो सकती ने, कहना चाहोगे कुछ? नहीं जी, कुछ भी नहीं कहना चाहते, क्योंकि सियासी जरा पर है वह शिखर से है, नौजवानों का की सोचना है, बीबिया का की सोचना है? बीबिया जी मिले सी, उन्होंने आख्या कि जदों श्रोमणी अकाली दल की सरकार सी तां बादल साहब ने बहुत कम कराए ने, उन्होंने कहना है कि तकड़ी जीतूगी, नौजवानों नाल गलबात करी है, वक्खो वक्खरियां रावां ने, कोई नौजवान कांग्रेस के कामों तो संतुष्ट नज़र आते हैं, तुहानू शहर के एक होर हिस्से च लैके चलते हैं तो सुनते हैं लोगों का की सोचना है, आम पब्लिक आम जनता आम नौजवान की सोचता है, क्योंकि इन्होंने सारा कुछ देखा इतने जो भी होया। पहला तो आप जी का मालवा टीवी का इतने पहुँचन से थोड़ा सारे का बहुत बहुत शुक्रिया, तो वाहेगुरू जी का खालसा श्री वाहेगुरू जी की फतेह। मैं एक आम वोटर अज तुहाडे नाल गल करना चाहना गा, मैं इन्हां दीआं सारिआं दीआं दलीलां सुणीआं, कोई कुछ बोल रहा, कोई कुछ बोल रहा, कोई कुछ बोल रहा, पर मैनूं नहीं लगता इन्हां दे पल्ले थल्ले कुछ हैगा सीगा। उहदा मेन रीज़न की आ, जिथे तुसीं खड़े होंगे, मैं कैमरामैन जी नूं पहलां रिक्वेस्ट करूँगा कि एक बारी थोड़ा जिहा साइड ते माड़ा जिहा निगाह मलवा दो इस चीज़ के उपर। विजेंद्र सिंगला जी वल्लों 61 लाख रुपये की ग्रांट दित्ती गई सी, जिहदा हाल अज्ज इह हैगा कि इत्थे एक बाथरूम तक नहीं हैगा,
बाथरूम तक नहीं हैगा। मैं एक मेरी मार्केट दे विच शॉप है ते शॉप दा मार्केट दे विच इन्ना कु मंदा हाल है जे इत्थे सिर्फ अद्धा घंटा मीह पै जे तो तुसीं यकीन मन के चलोगे कि तुहाडा गोडे गोडे पानी खड़ जाणा गा जी। मतलब जे तो मैं एक एज ए शॉप मतलब दुकानदार गल करा फिर तो इत का बहुत माड़ा हाल हैगा। ठीक है जे हुण एक एज ए वोटर गल करा तो वोट एज ए वोटर दे तरीके च मैं ये गल करना चाहना गा सारी टीम नाल कि इन्हां जिहड़ियां पार्टियां नेगियां पहलां कांग्रेस ते अकाली इन्होंने साडे मतलब पंजाब नू इन्ना कु लुट के खा लिया, इन्ना कु लुट के खा लिया कि जिहड़ी कदे सोने की चिड़ी हुंदी हुंदा सीगा पंजाब मेरा वह अज कखां की चिड़ी बन के रह गया। चिड़ी भी नहीं रही, वह भी बेचारी उहदे खंभ खुंभ कुतरे गए। कि पार्टी चंगी लगती है, कि पार्टी लगती है पंजाब का भला करूगी, किनू लैके आना चाहिए? मैनू नहीं लगता है कि मैं इन्हों के किसी को चुनूंगा जी। वह मेन रीज़न ये रहा गा कि 70-72 साल आम अपना कांग्रेस भी आई तो अकाली दल भी आए, बीजेपी भी आ चुकी हैगी। अच्छा, किसान भी किसान हाँ मैं किसानों की भी गल करूँगा तो असल दे विच की हैगा भी इन्हां दे विचों एक साढ़े पंजाब दियां गलियां नालियां नहीं पक्कियां हुई 72 साल यह होर साढ़े नाल करनगे की। दूजी गल मैं ये कहूँगा ये सारिया पार्टियां कह रही असं 100,000 रुपया लेडीज़ नूं दवांगे है ना जे कर देंगे वो कर देंगे अपना की आदा नाम आटा दाल की स्कीम सानू हैगी हैगी फ्री कर रहे ने ये पर सानू आ चीज़ा नहीं चाहिए। फिर जी फिर ऑप्शन की है साढ़े कोल किनू बिठाइए सी राजगद्दी ते? ऑप्शन तो यह है जी आपां नूं सिक्ख्या चाहीदी है, मैडिकल सहूलत चाहीदियां ने, ठीक है जी, रुजगार चाहिए। नहीं किनू वोटा पाई है जी? कि पार्टी हम ग्राउंड से क्योंकि 5-6 पार्टियां नजर आ रही ने इन्होंने कि अज तक तुम ला लो जी ना तो अकाली दल ने रुजगार दिता है, ठीक है जी, तो ना तो अकाली दल ने रुजगार दिता है तो ना कद कुछ होर कांग्रेस ने भी नहीं कद कुछ किया जी। ठीक है जी, आज मैं बाइक कह के हटिया 61,00,000 रुपया ग्रांट आई हुई है जी। ठीक है जी, अच्छा फिर किसान रह गए या आम आदमी पार्टी रह गई या हूँ भाजपा गठजोड़ करके आई है कैप्टन साहब नाल ने ना तो जी असी वोट पाइए बीजेपी नू ना पाइए कांग्रेस नू ना पाइए अकालिया नू। इस बार असी जिमें कि असी देखिया दिल्ली मॉडल मेरा जी गड्डिया का काम है जी। मैं दिल्ली तुसी एवें ला लो मेरा रोज का चक्कर है जी। ठीक है, हर दूजे दिन मैं दिल्ली जाना जी। मैं देखदा दिल्ली के सहूलत देखिया ने जी, दिल्ली के स्कूल देखे ने, उत्थे दा हर एक सिस्टम मेरा देखा हुआ जी। इस करके अपनी वोट इस बार आम आदमी पार्टी नू, इन्हां दी वोट आम आदमी पार्टी नू। साढ़े नाल आम जिहड़े लोग ने किसानी संघर्ष च भी रहे ने, की सोचते हो? असी पिछले समय के विच सरदार बलबीर सिंह राजेवाल दे नीतियां पॉलिसियां नूं गौर नाल देखिया है, जिवें उन्होंने अपनी सच्ची दिलों मोर्चे की अगवाई की ते काले कानूनां नूं वापस किया ते उन्हां दिनां दे विच जदों पंजाब दे विच लोक परालियां किसानां वल्लों सारियां जांदियां सी तां केजरीवाल धुएं दा प्रदूषण कह के सुप्रीम कोर्ट के एडा सख्त रूल कानून बनवाया जिदे च 1 करोड़ तक का किसान जुर्माना और 5 साल तक की कैद। जे ऐसा कुछ पंजाब के धुएं तो बदबू आती है तो पंजाब जो सरकार चलाएंगे उदो धुएं किवें चलणगे जी? नंबर किसान सीटा कढ़णगे किसानों का जो चोन मैनीफेस्टो आया तो अज कपियाल दे विच मिंटू वालों प्रदर्शन किया गया जिथे आम महारे बिना सदे तो 250-300 किसान सत्थ दे विच इकट्ठा होके उहदे हक च नारे मार के उन्हू पूरा विश्वासन दवा के गए ने। इन्हां गल्लां तो आस लगती है कि मुड़ पुरानी जिहड़ी इतिहास है वह दोहराया जाऊगा, हवा इन्हां दे दिनां विच जदों चलूगा नाल दी नाल बदलूगी जित यकीनी होवेगी। मिंटू तुहानू मौका मिलूगा, किवें लगदा? मैं देखो इन्हां बारे कोई गल नहीं करना चाहुंदा, असल दे विच सरदार साहब ने बहुत सोहणी गल कही आ, पर एक गल इत्थे क्वेश्चन इह भी बनदा हैगा भी एक टाइम उह भी सीगा जदों किसान संघर्ष मोर्चा आम आदमी पार्टी की सपोर्ट लै रहा सीगा। पहली गल मैं इन्हों तो सवाल नहीं पूछना, मैं इन्हों का जवाब दिता गा। सैकेंडली हुण साढ़े कोल की हैगा, साढ़े कोल ओह टाइम हैगा क्योंकि वोटर जिहड़ा हुंदा गा वह हमेशा इस चीज़ सोचता गा भी साडा चलो कितें ना कितें किसी हद तक साडा भला होवे, साडा ना सही साडे बच्चों का भला होवे, क्योंकि आने वाले पंजाब का भविख ने गे वह है ना। जे मैं ये सोचदा गा सच्चे पातशाह वाहिगुरू की कृपा दे नाल ना तो आवे
कांग्रेस ते ना आवे अपने अकाली दल ते ना ही आउण सानू इन्हां दी भी लोड़ नहीं हैगी बीजेपी वालियां दी। सानू लोड़ आ इक जिहड़े ओह लीडर ने गे जिहड़े हुण तक चलो करप्ट नहीं रहे हैगे। ठीक है, उन्होंने भगवंत मान जी ते इह चीज़ दा जरूर लगदा गा भी उन्होंने 7 सालां दे विच कुछ नहीं कीता। यह नहीं हो सकता भी कुछ कीता नहीं, उन्होंने कीता भी बहुत कुछ हैगा। पर मैं यह चाहुंदा गा सच्चे पातशाह वाहिगुरू दी कृपा नाल साडे किसान भाई ते एक आम आदमी दोनों जदों इकट्ठे होणगे ना तो मैं गरंटी लैंदा गा यह जिहड़ियां इन्होंने 72 सालां दे विच साडे नाल साडे परिवारां दे ते तसद्द ढाया ना, इन्हां नूं यह 72 सालां दा हमैजा सिर्फ 5 सालां दे विच पता लगूगा। पता लगू इन्हां नूं 5 सालां दे विच। सिर्फ इक्को ही गल कहिणा गा भी इह भी ते असीं भी बिल्कुल एक सिर्फ लड़ाई छड के सिर्फ एक मतलब गठजोड़ हो के जे हो जाए तो ज़्यादा वधिया गा, क्योंकि होर साडे कोल ऑप्शन कोई है नहीं गी। नोटा दबांगे सानू की मिलना, कुछ नहीं मिलना हैगा। ठीक है, इस करके भाई साहब कह रहे ने कुछ दिल दी बहुत वड्डी दिल दी आवाज़ है नौजवान की कि नौजवान चाहते सी किसान ते आम आदमी पार्टी इकट्ठी हो जाए ते अज दी जो समाजिक हालत है ਉਹ ਨੌਜਵਾਨਾਂ ਵਾਸਤੇ ਇੰਨਾ ਚਿੰਤਾ ਦਾ ਵਿਸ਼ਾ ਹੈ ਕਿ ਉਹਨਾਂ ਨੂੰ ਮਜਬੂਰੀ ਬਸ ਪ੍ਰਵਾਸ ਕਰਨੇ ਪੈ ਰਹੇ ਨੇ, ਆਪਣੇ ਬਿਰਧ ਮਾਤਾ ਪਿਤਾ ਨੂੰ ਇੱਥੇ ਛੱਡ ਕੇ ਬਾਹਰ ਛੋਟੇ ਛੋਟੇ ਕੰਮਾਂ 'ਚ ਆਪਣੀ ਜ਼ਿੰਦਗੀ ਲਾ ਰਹੇ ਨੇ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਨੌਜਵਾਨਾਂ ਨੂੰ ਸ਼ਾਇਦ ਪਤਾ ਵੀ ਹੋਵੇ, ਪਰ ਅੱਜ ਜੋ ਪਾਰਟੀਆਂ ਨੇ ਸਾਰੀਆਂ ਲੋਕਾਂ ਦੇ ਉੱਪਰ ਕਾਰਪੋਰੇਟ ਮਾਡਲ ਲੱਦ ਰਹੀਆਂ ਨੇ, ਉਹ ਕਾਰਪੋਰੇਟ ਮਾਡਲ ਸਾਤੋਂ ਰੁਜ਼ਗਾਰ ਵੀ ਖੋ ਰਿਹਾ, ਸਾਨੂੰ ਗਰੀਬੀ ਵੱਲ ਵੀ ਧੱਕ ਰਿਹਾ, ਸਾਨੂੰ ਖੁਦਕੁਸ਼ੀਆਂ ਵੱਲ ਵੀ ਧੱਕ ਰਿਹਾ, ਕਿਸਾਨ ਦੀ ਜ਼ਮੀਨ ਵੀ ਖੋ ਰਿਹਾ, ਸਾਤੋਂ ਹਵਾਈ ਅੱਡੇ ਵੀ ਖੋ ਰਿਹਾ, ਸਾਤੋਂ ਰੇਲਵੇ ਸਟੇਸ਼ਨ ਵੀ ਖੋ ਰਿਹਾ, ਸਾਤੋਂ ਬੱਸ ਸਟੈਂਡ ਵੀ ਖੋ ਰਿਹਾ, ਸਾਡੀਆਂ ਬੈਂਕਾਂ ਵੀ ਖੋ ਰਿਹਾ, ਸਰਕਾਰੀ ਅਦਾਰੇ ਖਤਮ ਕਰਨ ਵੱਲ ਨੂੰ ਹੋ ਰਹੇ ਨੇ, ਇੱਥੋਂ ਤੱਕ ਕਿ ਵਿੱਦਿਅਕ ਅਦਾਰੇ ਇਹਨਾਂ ਨੇ ਅਵਾਨੀ ਅਤੇ ਅਡਾਨੀ ਦੇ ਵਿੱਚ ਸਮਝੌਤਾ ਕਰਕੇ ਵਿੱਚ ਨੇ ਕਰ ਰੱਖੇ ਨੇ। ਇਹ ਕਾਰਪੋਰੇਟ ਮਾਡਲ ਨੂੰ ਬਦਲਣ ਵਾਸਤੇ ਹੀ 3 ਕਾਲੇ ਕਾਨੂੰਨ ਲਿਆਂਦੇ ਸੀ, ਉਹ ਕੈਂਸਲ ਕਰਵਾਏ। ਇਸ ਕਰਕੇ ਜਿਹੜਾ ਕੋਪਰੇਟ ਮਾਡਲ ਹੈ, ਜਿਹੜਾ ਕਿ ਰਾਜੇਵਾਲ ਦੀ ਸੋਚ ਦਾ ਸਿੱਟਾ ਹੈ, ਜਦੋਂ ਕੋਪਰੇਟ ਮਾਡਲ ਪੰਜਾਬ ਦੇ ਵਿੱਚ ਲਾਗੂ ਹੋਵੇਗਾ ਤਾਂ ਇਹ ਸਾਰੇ ਮੁੱਦੇ ਹੱਲ ਹੋਣਗੇ। ਇਹ ਨਾ ਕਿਸੇ ਨੂੰ ਪੈਨਸ਼ਨ ਦੀ ਲੋੜ ਪਊਗੀ, ਨਾ ਕਿਸੇ ਨੂੰ ਆਟਾ ਦਾਲ ਦੀ ਲੋੜ ਪਏਗੀ। ਜਦੋਂ ਰੁਜ਼ਗਾਰ ਆ ਜਾਏਗਾ, ਕੋਪਰੇਟਿਵ ਮਾਡਲ ਆ ਜਾਏਗਾ, ਪੂੰਜੀ ਆ ਜਿਹੜੀ ਸਭ ਲੋਕਾਂ ਦੇ ਵਿੱਚ ਬਰਾਬਰਤਾ ਵਾਲੀ ਬਣ ਜੂਗੀ, ਤਾਂ ਸਾਰੇ ਲੋਕ ਖੁਸ਼ਹਾਲ ਹੋਣਗੇ, ਪੰਜਾਬ ਮੁੜ ਕੇ ਨਵੀਆਂ ਲੀਹਾਂ 'ਤੇ ਚੱਲੇਗਾ। ਇਹ ਰਾਜੇਵਾਲ ਹੀ ਕਰ ਸਕਦੇ ਨੇ, ਹੋਰ ਕੋਈ ਵੀ ਪਾਰਟੀ ਨਹੀਂ ਕਰ ਸਕਦੀ ਜੀ। ਸੋ ਤੁਸੀਂ ਸੁਣਿਆ ਕਿ ਨੌਜਵਾਨ ਦੇ ਆਪਣੇ ਬਲਬਲੇ ਨੇ, ਰਾਜੇਵਾਲ ਦੇ ਜੋ ਮਾਡਲ ਹੈ ਉਹ ਭਰਾ ਜੀ ਦਾ ਆਪਣੇ ਬਲਬਲੇ ਨੇ, ਆਪਣੀ ਸੋਚ ਹੈ। ਤੁਸੀਂ ਨੇ ਸੁਣਿਆ ਕਿ ਹਰ ਪਾਰਟੀ ਦੇ ਆਪਣੇ ਆਪਣੇ ਏਜੰਡੇ ਨੇ, ਇੱਕ ਦੂਜੇ ਨੂੰ ਭੰਡੀ ਪ੍ਰਚਾਰ ਵੀ ਹੈ ਜਿਹੜਾ ਉਹ ਵੀ ਤੁਹਾਨੂੰ ਸੁਣਿਆ। ਤੁਸੀਂ ਸੁਣਿਆ ਭਵਾਨੀਗੜ੍ਹ ਸ਼ਹਿਰ ਦੇ ਨੌਜਵਾਨ ਦੁਕਾਨਦਾਰਾਂ ਦਾ ਕਿਵੇਂ ਸੋਚਣਾ ਹੈ? ਸਿਆਸੀ ਪਾਰਾ ਸਿਖਰਾਂ 'ਤੇ ਹੈ, ਸਾਰੀਆਂ ਪਾਰਟੀਆਂ ਚੋਣ ਮੈਦਾਨ ਦੇ ਵਿੱਚ ਨੇ। ਤੁਹਾਨੂੰ ਲੈ ਕੇ ਆਏ ਹਾਂ ਗਊਸ਼ਾਲਾ ਚੌਂਕ ਭਵਾਨੀਗੜ੍ਹ ਵਿਖੇ, ਦੁਕਾਨਦਾਰ ਮੌਜੂਦ ਨੇ, ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਓਕੇ ਆ ਜਾ ਇੱਧਰ ਵੀਰ ਜੀ। ਸਾਰੀਆਂ ਸਿਆਸੀ ਪਾਰਟੀਆਂ ਗਰਾਊਂਡ ਦੇ ਵਿੱਚ ਨੇ, ਕੀ ਲੱਗਦਾ ਕਿਹੜੀ ਪਾਰਟੀ ਪੰਜਾਬ ਦਾ ਭਲਾ ਕਰੂਗੀ? ਸਾਡੇ ਹਿਸਾਬ ਨਾਲ ਤਾਂ ਬੀਜੇਪੀ ਓ ਕਰ ਸਕਦੀ ਹੈ ਭਲਾ ਤਾਂ ਜੀ। ਬੀਜੇਪੀ ਹੁਣ ਗਰਾਊਂਡ ਦੇ ਵਿੱਚ ਆਈ ਹੈ, ਕਿਵੇਂ ਲੱਗਦਾ ਕਿਸਾਨੀ ਸੰਘਰਸ਼ ਵੀ ਨਿਕਲ ਕੇ ਗਿਆ, ਕਿਵੇਂ ਲੱਗਦਾ ਕਿ ਕਾਮਯਾਬੀ ਮਿਲੂਗੀ? ਸਾਡੇ ਹਿਸਾਬ ਨਾਲ ਤਾਂ ਮਿਲਣੀ ਚਾਹੀਦੀ ਹੈ, ਕਿਉਂਕਿ ਮੋਦੀ ਹੀ ਕਰ ਸਕਦਾ ਹੱਲ ਮਸਲੇ ਸਾਰੇ ਜਿਹੜੇ ਵੀ ਕਰ ਸਕਦਾ, ਮੋਦੀ ਜੀ ਕਰ ਸਕਦੇ ਨੇ। ਅੱਛਾ, ਸਿੰਗਲਾ ਸਾਹਿਬ ਕਹਿੰਦੇ ਨੇ ਕਿ ਉਹਨਾਂ ਨੇ ਕੰਮ ਕਰੇ ਨੇ ਗਰਾਊਂਡ 'ਤੇ, ਕੰਮ ਕਰੇ ਨੇ, ਕਿਵੇਂ ਲੱਗਦਾ ਵੀ ਕਿੰਨੇ ਕੁ ਕੰਮ ਕਰੇ ਨੇ ਕਿ ਉਹਨਾਂ ਨੂੰ ਸਫਲਤਾ ਮਿਲੂ? ਨਹੀਂ, ਕੰਮ ਤਾਂ ਉਹਨਾਂ ਨੇ ਕੀਤੇ ਨੇ, ਕੰਮ ਦੀ ਤਾਂ ਉਹਨਾਂ ਦੀ ਕੋਈ ਉਹ ਨਹੀਂ ਹੈਗੀ, ਲੇਕਿਨ ਪਰ ਇਸ ਵਾਰ ਉਹਨਾਂ ਦੀ ਸਰਕਾਰ ਨਹੀਂ ਬਣਦੀ, ਇਸ ਕਰਕੇ ਬਦਲ ਚਾਹੀਦਾ ਬਦਲ ਚਾਹੀਦਾ। ਇਸ ਵਾਰ ਕਹਿੰਦੇ ਭਾਜਪਾ ਨੂੰ ਮੌਕਾ ਮਿਲੂਗਾ, ਅਤੇ ਆਪਾਂ ਗੱਲਬਾਤ ਕਰਦੇ ਹਾਂ, ਤੁਹਾਨੂੰ ਕਿਵੇਂ ਲੱਗਦਾ? ਕੋਈ ਨਹੀਂ, ਉਹਨਾਂ ਨੇ ਤਾਂ ਗੱਲ, ਤੁਹਾਨੂੰ ਕਿਵੇਂ ਲੱਗਦਾ? ਬੀਜੇਪੀ ਆਊਗੀ ਜੀ ਅਤੇ ਜੀ, ਹਾਂਜੀ ਬੀਜੇਪੀ ਆਊਗੀ। ਕਿਹੜੀ ਸਰਕਾਰ ਜਿਹੜਾ ਪੰਜਾਬ ਦਾ ਤੁਹਾਨੂੰ ਲੱਗਦਾ ਪੰਜਾਬ 'ਚ ਸਰਕਾਰ ਬਣੂ ਬੀਜੇਪੀ? ਹਾਂ, ਸਰਕਾਰ ਤਾਂ ਜੀ ਜਿਵੇਂ ਮੋਦੀ ਦਾ ਹੁਕਮ ਹੋਊਗਾ ਇਹ ਬਣੂਗੀ ਜੀ, ਸਰਕਾਰ ਤਾਂ ਬੀਜੇਪੀ ਦੀ ਬਣੂਗੀ ਜੀ ਜੀ। ਅੱਛਾ, ਕਈ ਕੰਮ ਜਿਵੇਂ ਗਰਾਊਂਡ ਦੇ ਵਿੱਚ ਅਸੀਂ ਸੁਣ ਰਹੇ ਸੀਗੇ ਕਿ ਕਈ ਕੰਮ ਨੇ ਜਿਹੜੇ ਦਿੱਲੀ ਵਾਲੇ ਹੀ ਕਰ ਸਕਦੇ ਨੇ, ਇਹੀ ਗੱਲ ਲੱਗਦੀ ਹੈ? ਹਾਂਜੀ ਜੀ। ਇਹਨਾਂ ਦਾ ਸੋਚਣਾ ਕਿ ਭਾਰਤੀ ਜਨਤਾ ਪਾਰਟੀ ਹੀ ਪੰਜਾਬ ਦਾ ਭਲਾ ਕਰ ਸਕਦੀ ਹੈ, ਆਪਾਂ ਕੋਸ਼ਿਸ਼ ਕਰਦੇ ਹਾਂ। ਵੀਰ ਜੀ, ਤੁਹਾਨੂੰ ਕਿਵੇਂ ਲੱਗਦਾ? ਲੱਗਣ ਨੂੰ ਤਾਂ ਕੀ ਹੈ ਸਰ, ਬਸ ਅਸੀਂ ਤਾਂ ਇਹ ਕਹਿੰਦੇ ਵੀ ਆਮ ਪਬਲਿਕ ਬਾਰੇ ਸਰਕਾਰਾਂ ਸੋਚਣ ਜੀ,
ते सहूलतां मिलन, सिक्ख्या मिले, हस्पताल मिले, आम जिहड़े सारे लोकां दीआं समस्या ने ओह हल होण। वधिया सरकार आवे, कोई भी आवे, बस आम लोकां लई उहनां दे। चलो जो भी है जी, असीं तां कहिंदे आ निरपक्षता नाल जो लोकां नूं चंगा लगूगा उहनूं वोटां पाउण, वी पर सरकार वधिया लोकां दे हितां लई आवे। बहुत सोहणी गल कीती है कि कम करन वाली सरकार आवे, पर इस वेले की लगदा कि किहदी किहदी टक्कर हो सकदी? टक्कर तां सर हुण जे देखी जावे कांग्रेस ते आप दी ज्यादे दस रहे ने जी। सो नौजवानों का कहना कि कांग्रेस से आप दी टक्कर जिहड़ी इस टाइम हो रही है, किवें लगदा तुहानूं? बस यही गल है, टक्कर तां कांग्रेस दी आप दी हो रही पंजाब च, बदलाव भी होगा। सो कहिंदे बदलाव होना चाहिए, टक्कर आप ते कांग्रेस दी है, देखना होगा कि केड़ियां केड़ियां पार्टियां किथे किथे खड़ियां रहिंदियां ने। तुहानूं लैके चलदे शहर दे इक होर हिस्से च, ते सुणाउने आ शहर वासियां दा, वोटरां दा, लोकां दा की सोचना है, आ जाओ।